ਹਾਂਜੀ ਦੋਸਤੋ, ਕੀ ਹਾਲ ਚਾਲ ਆ ਤੁਹਾਡਾ? ਬੜੇ ਦਿਨ ਹੋ ਗਏ ਯਾਰ, ਗੱਲਬਾਤ ਨਹੀਂ ਹੋਈ ਤੁਹਾਡੇ ਨਾਲ। ਮੈਂ ਕੱਲ੍ਹ ਸੋਚਿਆ ਇੱਕ ਛੋਟੀ ਜਿਹੀ ਵੀਡੀਓ ਪਾਈਏ। ਯਾਰ ਮੈਂ ਨਾ ਆਸਟ੍ਰੇਲੀਆ 'ਚ, ਮੈਨੂੰ 8-9 ਸਾਲ ਹੋ ਗਏ ਰਹਿੰਦੇ, 18-19 ਸਾਲਾਂ ਦਾ ਸੀ ਜਦੋਂ ਮੈਂ ਆਸਟ੍ਰੇਲੀਆ 'ਚ ਆ ਗਿਆ ਸੀਗਾ ਪੰਜਾਬ ਤੋਂ। ਅਤੇ ਆ ਕੇ ਇੱਥੇ ਬਥੇਰੀ ਮਿਹਨਤ ਕੀਤੀ ਆ ਕੇ ਆਸਟ੍ਰੇਲੀਆ ਦੇ ਵਿੱਚ ਆ ਕੇ, ਚਲੋ ਪੱਕੇ ਹੋਏ, ਸਿਟੀਜ਼ਨ ਹੋ ਗਏ। ਚਲੋ ਯਾਰ ਇਹਦੇ ਐਨੀਵੇ ਹੋ ਗਏ, ਵਧੀਆ ਗੱਲ ਹੈ ਯਾਰ, ਮੇਰੇ ਲਈ ਫਾਇਦਾ, ਠੀਕ ਹੈ ਨਾ, ਕਿਸੇ ਨੂੰ ਕੀ ਫਰਕ ਪੈਂਦਾ ਵਾ। ਮੈਂ ਯਾਰ ਜਦੋਂ ਇੱਥੇ ਬਹਿੰਦਾ ਨਾ, ਕਦੀ ਕਦੀ ਨਿਊਜ਼ ਸੁਣਦਾ ਹੁੰਦਾ ਮੈਂ ਬਹਿ ਕੇ ਫੇਸਬੁੱਕ 'ਚੋਂ ਜਾਂ ਯੂਟਿਊਬ ਦੇ ਜ਼ਰੀਏ ਜਾਂ ਉਹਦਾ ਨਿਊਜ਼ ਚੈਨਲਾਂ ਤੋਂ, ਕਿ ਪੰਜਾਬ ਦੇ ਵਿੱਚ ਯਾਰ ਫਿਰ ਤੋਂ ਕਈ ਸ਼ਰਾਰਤੀ ਤੱਤਵ ਸਾਲੇ ਹਿੰਦੂਆਂ ਸਿੱਖਾਂ ਦੇ ਵਿੱਚ ਫਿਰ ਤੋਂ ਲੜਾਈ ਪਾਉਣ ਦੀ ਕੋਸ਼ਿਸ਼ ਕਰਦੇ ਆਏ। ਮੈਂ ਨਾਮ ਨਹੀਂ ਲੈਣਾ ਚਾਹਾਂਗਾ ਯਾਰ ਕਿਸੇ ਦਾ, ਸਾਰਿਆਂ ਨੂੰ ਪਤਾ ਵਾ ਕੌਣ ਹੈਗੇ ਆ ਉਹ। ਯਾਰ ਮੈਂ ਕਦੀ ਕਦੀ ਸੋਚਦਾ ਹੁੰਦਾ ਮੈਂ ਕਿ ਸਾਲੀ ਦੁਨੀਆ ਕਿੱਥੇ ਦੇ ਕਿੱਥੇ ਪੁੱਜ ਗਈ ਆ, ਠੀਕ ਆ। ਔਰ ਸਾਲੀ ਔਰ ਆਪਾਂ ਲੋਕ ਯਾਰ ਹਾਲੇ ਤੱਕ ਭੈਣ ਧਰਮਾਂ ਦੇ ਨਾਮ 'ਤੇ ਹੀ ਲੜੀ ਜਾਂਦੇ ਬਹਿ ਕੇ, ਸਾਨੂੰ ਯਾਰ ਕਦੋਂ ਅਕਲ ਆਉਂਗੀ ਯਾਰ ਕਿ ਯਾਰ ਧਰਮ ਜ਼ਰੂਰੀ ਆ, ਪਰ ਹਰ ਧਰਮ ਆਪਣੇ ਤਰੀਕੇ ਨਾਲ ਸਹੀ ਹੈਗਾ ਵਾ, ਕੋਈ ਧਰਮ ਮਾੜਾ ਨਹੀਂ ਹੁੰਦਾ, ਠੀਕ ਆ। ਜਿਹੜੇ ਐਕਸਟ੍ਰੀਮਿਸਟ ਹੁੰਦੇ ਨਾ, ਜਿਹੜੇ ਉਹ ਮਾੜੇ ਹੁੰਦੇ ਆ, ਹਰ ਧਰਮ ਦੇ ਵਿੱਚ ਐਕਸਟ੍ਰੀਮਿਸਟ ਹੁੰਦੇ ਆ। ਉਹ ਹਿੰਦੂਆਂ ਵਿੱਚ ਵੀ ਹੁੰਦੇ ਆ, ਉਹ ਮੁਸਲਮਾਨਾਂ ਦੇ ਵਿੱਚ ਵੀ ਹੁੰਦੇ ਆ, ਉਹ ਸਿੱਖਾਂ ਦੇ ਵਿੱਚ ਵੀ ਹੁੰਦੇ ਆ, ਠੀਕ ਆ, ਉਹ ਈਸਾਈਆਂ ਦੇ ਵਿੱਚ ਵੀ ਹੁੰਦੇ ਆ। ਜਿਹੜੇ ਐਕਸਟ੍ਰੀਮਿਜ਼ਮ ਹੈ ਨਾ ਉਹ ਮਾੜਾ ਵਾ। ਨਹੀਂ ਤਾਂ ਯਾਰ ਤੁਸੀਂ ਇੱਕ ਨੋਰਮਲ ਲੋਕਾਂ ਨਾਲ ਗੱਲ ਕਰਕੇ ਦੇਖੋ, ਸਾਰੇ ਵਧੀਆ ਲੋਕ ਹੈਗੇ ਆ, ਠੀਕ ਹੈ ਨਾ, ਸਾਰੇ ਆਪਣੇ ਪਰਿਵਾਰ ਦਾ ਭਲਾ ਚਾਹੁੰਦੇ ਆ, ਸਾਰਾ ਸਮਾਜ ਦਾ ਭਲਾ ਚਾਹੁੰਦੇ ਆ, ਪਰ ਕੁਛ ਪਰਸੈਂਟ ਲੋਕ ਹੁੰਦੇ ਆ ਜਿਹੜੇ ਸਾਲੇ ਨਾ ਇੰਨੇ ਸਾਲਾਂ ਨੂੰ ਜੀ ਕਰਦਾ ਫੜ ਕੇ ਨਾ ਟੰਗਾ ਥੱਲੇ ਦੱਬ ਕੇ ਉਹਨਾਂ ਦੇ ਮੁੱਕੇ ਮਾਰੇ ਜਾਣ, ਇਹੋ ਜਿਹੇ ਹੁੰਦੇ ਆ ਬੰਦੇ, ਜਿਹੜੇ ਜਿਹੜੇ ਸਮਾਜ ਦੇ ਵਿੱਚ ਨਾ ਇੱਕ ਹੇਟ ਪੈਦਾ ਕਰਦੇ ਆ। ਮੈਂ ਸੋਚਦਾ ਨਾ ਕਦੀ ਕਦੀ ਬਹਿ ਕੇ ਯਾਰ ਕਿ ਕਾਸ਼ ਯਾਰ ਕਦੀ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਟਾਈਮ ਆਊਗਾ ਕਿ ਯਾਰ ਲੋਕ ਖੁਸ਼ੀ ਨਾਲ ਰਹਿਣਗੇ, ਵਧੀਆ ਆਪਣਾ ਪੰਜਾਬ ਹੋਊਗਾ, ਠੀਕ ਹੈ ਨਾ। ਮੈਂ ਇੱਥੇ ਆਸਟ੍ਰੇਲੀਆ ਦੇ ਵਿੱਚ, ਮੈਨੂੰ 9 ਸਾਲ ਹੋ ਗਏ ਰਹਿੰਦੇ ਯਾਰ, ਭਾਵੇਂ ਮੈਂ ਆਸਟ੍ਰੇਲੀਆ ਵਿੱਚ ਰਹਿੰਦਾ ਯਾਰ, ਭਾਵੇਂ ਮੇਰਾ ਸਰੀਰ ਇੱਥੇ ਆ, ਪਰ ਮੇਰਾ ਦਿਲ ਅਤੇ ਮੇਰਾ ਮਨ ਹਮੇਸ਼ਾ ਪੰਜਾਬ 'ਚ ਹੀ ਹੈਗਾ ਵਾ। ਉਹ ਭਾਵੇਂ ਤੁਸੀਂ ਕਿਸੇ ਵੀ NRI ਨੂੰ ਪੁੱਛ ਲਓ ਯਾਰ, ਭਾਵੇਂ ਉਹ ਇੱਥੇ ਰਹਿੰਦੇ ਆ, ਚਲੋ ਠੀਕ ਹੈ ਯਾਰ, ਇੱਥੇ ਵਧੀਆ ਲਾਈਫ ਸਟਾਈਲ ਹੈਗਾ ਵਾ, ਠੀਕ ਹੈ। ਤੁਸੀਂ ਹੁਣ ਸੋਚਦੇ ਹੋ ਕਿ ਹਾਂ ਯਾਰ ਆਪੇ ਤਾਂ ਤੂੰ ਉਸ ਆ ਗਿਆ ਆਸਟ੍ਰੇਲੀਆ, ਮੂੰਹ ਚੱਕ ਕੇ ਭੈਣ ਸਾਨੂੰ ਇੱਦਾਂ ਗੱਲਾਂ ਕਰੀ ਜਾਂਦਾ ਬਹਿ ਕੇ ਇੱਥੇ। ਯਾਰ ਭਾਵੇਂ ਆ ਗਿਆ ਮੈਂ, ਪਰ ਹਮੇਸ਼ਾ ਮੈਂ ਪੰਜਾਬ ਲਈ ਭਲਾ ਹੀ ਚਾਹੁੰਦਾ ਵਾਂ, ਔਰ ਹਮੇਸ਼ਾ ਮੈਂ ਪੰਜਾਬ ਵਾਪਸ ਵੀ ਜਾਣਾ ਵਾ। ਮੈਂ ਥੋੜ੍ਹੀ ਨਾ ਕਿ ਇੱਥੇ ਹਮੇਸ਼ਾ ਹਾਂ ਪੂਰੀ ਉਮਰ ਰਹਿਣਾ ਵਾਗਾ, ਕੁਛ ਦੇਰ ਬਾਅਦ ਮੈਂ ਵੀ ਪੰਜਾਬ ਜਾਵਾਂਗਾ, ਪੰਜਾਬ ਲਈ ਕੁਛ ਵਧੀਆ ਕਰਾਂਗਾ ਜਾ ਕੇ ਉੱਥੇ। ਅਤੇ ਇਸ ਕਰਕੇ ਯਾਰ ਆ ਛੋਟੀ ਮੋਟੀ ਜਿਹੜੇ ਆ ਧਰਮਾਂ ਦੇ ਨਾਮ 'ਤੇ ਜਿਹੜੇ ਲੜਦੇ ਹੁੰਦੇ ਨਾ, ਨਾ ਲੜਿਆ ਕਰੋ ਯਾਰ, ਆਪਣੇ ਪੰਜਾਬ ਲਈ ਭਲਾ ਸੋਚੋ, ਪੰਜਾਬ ਦੇ ਲਈ ਵਧੀਆ ਕਰੋ, ਪੰਜਾਬ ਨੂੰ ਤਰੱਕੀਆਂ 'ਤੇ ਲਿਆਓ, ਧਰਮਾਂ ਦੇ ਨਾਮ 'ਤੇ ਨਾ ਲੜੋ ਯਾਰ। ਓਕੇ, ਬਾਏ।